ਵੈਲਕਮ ਤੇ ਕੀ ਕਹਿਣਾ ਚਾਹੀਦਾ, ਖੁਸ਼ ਹੋਣਾ ਚਾਹੀਦਾ। ਸਾਡੇ ਵਰਕਰਾਂ ਚ ਉਤਸ਼ਾਹ ਆ ਬਹੁਤ, ਲੁਧਿਆਣੇ ਨੂੰ ਰਿਪ੍ਰੈਜੈਂਟੇਸ਼ਨ ਮਿਲੀ ਹੈ ਤੇ ਇਹਨਾਂ ਦਾ ਜੋ ਉਤਸ਼ਾਹ ਉਹ ਐਵੇਂ ਹੀ ਕਾਇਮ ਰਹੇ, ਇਹ ਮੈਂ ਇਨਸ਼ੋਰ ਕਰੂੰਗਾ। ਅਫਸਰਸ਼ਾਹੀ ਬਕਾਇਦਾ ਤੌਰ ਤੇ ਇਹਨਾਂ ਦੀ ਸੁਣਵਾਈ ਹੋਵੇ, ਸਾਡੇ ਸਾਰੇ ਕੌਂਸਲਰਾਂ ਦੀ, ਲੁਧਿਆਣੇ ਦੀ, ਲੁਧਿਆਣੇ ਦੇ ਲੋਕਾਂ ਦੀ ਕੋਈ ਮੁਸ਼ਕਿਲ ਹੈ ਉਹ ਦੂਰ ਹੋਵੇ। ਇਹ ਸਾਰਾ ਕੁਝ ਕਰਨਾ ਮੇਰੀ ਜ਼ਿੰਮੇਵਾਰੀ ਹੈ ਤੇ ਮੈਂ ਨਿਭਾਵਾਂਗਾ। ਉਹਨੂੰ ਇਹ DPRO ਸਾਹਿਬ ਨੂੰ ਅੱਗੇ ਇੰਸਟਰਕਟ ਕਰ ਦਿਆਂਗੇ, ਇਨਸ਼ੋਰ ਕਰਾਂਗੇ ਵੀ ਅੱਜ ਤੇ ਪ੍ਰੋਗਰਾਮ ਵਰਗੀ ਅਣਗਹਿਲੀ ਕਿਤੇ ਨਾ ਹੋਵੇ। ਤੇ ਅੱਗੇ ਹੁਣ ਮੈਂ ਮੰਡੀਆਂ ਵਿਜ਼ਿਟ ਕਰਨ ਜਾ ਰਿਹਾ, ਪਹਿਲਾਂ 12:30 ਦੇ ਕਰੀਬ 1:15 ਵਜੇ ਤੇ ਦਾਖਾ ਮੰਡੀ, ਫਿਰ ਜਗਰਾਓਂ ਮੰਡੀ, ਫਿਰ ਸਿਧਵਾ ਮੰਡੀ, ਸਾਰਿਆਂ 'ਚ ਜਾਣਾ। ਆਓ ਉੱਥੇ ਮਿਲਦੇ ਹਾਂ। ਹਾਂ, ਕਿਉਂਕਿ ਪ੍ਰੋਕਿਓਰਮੈਂਟ ਦਾ ਟਾਈਮ ਬੜਾ ਪੀਕ 'ਤੇ ਹੈ ਅਤੇ ਸਾਰੀ ਮੰਡੀਆਂ 'ਚ ਜਾਣਾ ਮੇਰੀ ਜ਼ਿੰਮੇਵਾਰੀ ਹੈ। ਸਾਰੀ ਜਿੰਨੀਆਂ ਰਸਮਾਂ ਰਵਾ ਹੈਗੀਆਂ ਉਹ ਸਾਰੀਆਂ ਬਾਅਦ 'ਚੋਂ, ਪਹਿਲਾਂ ਕੰਮ।